पंजाबी फंड वेख रहे सारे ही दर्शकों प्यार भरी सत श्री अकाल। मैं पिंकी चौधरी ते अज तुहाडे नाल मुलाकात करवाण जा रही हां अड़ब मुटियार ऑफ द पंजाब जो कि अज बाजीराव मस्तानी वांग लग रही आ। इन्हां दी ड्रेस तुसी देख सकदे हो ते क्रश ऑफ एवरी गर्ल पंजाब दी सारी कुड़ियां दे क्रश ने। पहला तां तुसी दोवें किवें हो? ਅਸੀਂ ਬਿਲਕੁਲ ਵਧੀਆ ਹੈ, ਤੁਸੀਂ ਕਿੱਦਾਂ ਹੋ? ਮੈਂ ਬਹੁਤ ਹੀ ਵਧੀਆ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਹਾਡੀ ਫਿਲਮ ਆ ਰਹੀ ਹੈ, ਮੈਂ ਵਿਆਹ ਨਹੀਂ ਕਰਾਉਣਾ ਤੁਹਾਡੇ ਨਾਲ। ਤੁਹਾਡੇ ਨਾਲ? ਤੇਰੇ ਨਾਲ? ਤੁਹਾਡੇ ਨਾਲ, ਇਹਨਾਂ ਨਾਲ ਨਹੀਂ, ਤੁਸੀਂ ਨਹੀਂ ਕਰਾਉਣਾ ਨਾ। ਓਕੇ, ਪਹਿਲਾਂ ਤਾਂ ਤੁਸੀਂ ਇਹ ਦੱਸੋ ਨਿੱਕਾ ਜਿਹਾ ਪਿਆਰ ਕੀ ਹੁੰਦਾ ਹੈ? ਨਿੱਕਾ ਜਿਹਾ ਫੇਰ, ਛੋਟਾ ਜਿਹਾ ਫੇਰ ਇਹਨਾਂ ਨੇ ਕਿਹਾ ਸੀ। ਹੈ, ਇਹ ਕਹਿੰਦਾ ਜਿਹਾ ਪਿਆਰ ਛੋਟਾ ਜਿਹਾ ਫੇਰ ਚਲਾ ਲੈਣਾ ਤੁਹਾਡੇ ਨਾਲ। ਹਾਂ, ਛੋਟਾ ਜਿਹਾ ਫੇਰ ਕਹਿ ਰਹੇ ਆ। ਹਾਂ, ਪੁੱਛੋ ਕੀ ਹੁੰਦਾ। थोड़ी जी बन जाए, अड़ब मुटियार किरदार नूं बहुत ही ज्यादा प्यार मिलिया सी, पर इस फिल्म दे विच वी थोड़ा किरदार कुछ सिमिलर है या कुछ डिफरेंट है? नहीं, बिल्कुल ही डिफरेंट है। दूर दूर तक वो वर्गा नहीं है जो अड़ब मुटियार से, बट आई थिंक एक डिफरेंट फ्लेवर आ। तुसी मैनू आई थिंक इस तरह पहला किसी फिल्म च नहीं देखा, सो आई होप कि ऑडियंस जो देखूगी उन्होंने भी ये डिफरेंस देखने मिलेगा। सुरखी बिंदी, कदे डायमंड दा कोका, कदे लहंगा, मतलब की लेना रह गया हुण कुड़ी नू, की लेके देना तुसी होर? व्याह करवाना रह गया बस। व्याह तो तुसी हुण कर रहे हो, दिख रहे सन तो फिल्म तो नहीं, की पता ना हो रहा होवे, हो रहा होवे, इहदे बारे नहीं कुछ कह सकदे। मैं तां रह गया व्याह, यही रह गया ना, डायमंड दी झांजर पाती, सुरखी बिंदी लाती, गुड्डियां पटोले खड़ाले, सारा कुछ हो गया। एंड ते की हुंदा? व्याह। व्याह हुण इह फिल्म, दिस इज ऑल अबाउट। ओके, ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਕਿ ਫਿਲਮ ਦੇ ਵਿੱਚ ਇਹਨਾਂ ਨੂੰ ਤੁਹਾਡੇ ਨਾਲ ਵਿਆਹ ਕਰਨਾ ਨਹੀਂ ਕਰਨਾ, ਤੁਸੀਂ ਕਹਿ ਰਹੇ ਹੋ ਕਿ ਮੈਂ ਇਹਦੇ ਨਾਲ ਵਿਆਹ ਨਹੀਂ ਕਰਨਾ, ਕੀ ਰੀਜ਼ਨ ਹੈ, ਕੀ ਗੱਲ ਮੁੰਡੇ 'ਚ ਕੋਈ ਕਮੀ ਲੱਗ ਰਹੀ ਤੁਹਾਨੂੰ? ਦੱਸੋ, ਕੋਈ ਕਮੀ ਹੈ ਮੁੰਡੇ 'ਚ? ਵੈਲ, ਹੁਣ ਤੁਹਾਨੂੰ ਮੈਂ ਕੀ ਦੱਸਾਂ, ਇੱਕ ਤਾਂ ਆ ਕੇ ਮੈਨੂੰ ਕਹਿ ਰਿਹਾ ਛੋਟਾ ਜਿਹਾ ਅਫੇਅਰ ਚਲਾ ਲੈਂਦੇ ਹਾਂ, ਠੀਕ ਹੈ, ਉਸ ਤੋਂ ਬਾਅਦ ਅਫੇਅਰ ਤੋਂ ਬਾਅਦ ਮੈਨੂੰ ਕਹਿ ਰਿਹਾ ਕਿ ਤੂੰ ਬਹੁਤ ਪੇਂਡੂ ਆ, ਤੁਹਾਨੂੰ ਲੱਗਦਾ ਕਿ ਮੈਂ ਇਹਦੇ ਨਾਲ ਵਿਆਹ ਕਰਾਉਂਗੀ ਜਾਂ ਕਰਾਉਣਾ ਚਾਹੀਦਾ, ਤੁਸੀਂ ਕਰਾਉਂਦੇ ਮੇਰੀ ਥਾਂ ਹੁੰਦੇ? ਬਿਲਕੁਲ ਵੀ ਨਹੀਂ। ਐਗਜ਼ੈਕਟਲੀ, ਤੁਸੀਂ ਕੀ ਕਹੋਗੇ ਇਹਨਾਂ ਨੂੰ? ਮੈਨੂੰ ਤੁਸੀਂ ਨਾ ਬਦਨਾਮ ਨਾ ਕਰੋ ਯਾਰ, 4 ਮਾਰਚ ਨੂੰ ਫਿਲਮ ਦੇਖ ਲਿਓ, ਸਾਰਾ ਕੁਛ ਪਤਾ ਲੱਗ ਜਾਣਾ ਕੌਣ ਕੀ ਕਿਵੇਂ ਕਿਉਂ। ਐਵੇਂ ਤੁਸੀਂ ਮੇਰੇ 'ਤੇ ਸਾਰੇ ਜਣੇ ਆ ਕੇ ਜਿਹੜਾ ਆਉਂਦਾ, ਹਾਂਜੀ ਮਤਲਬ ਵੀ ਤੂੰ ਗਲਤ ਆ, ਤੂੰ ਵੀ ਗਲਤ ਆ, ਕੀ ਪਤਾ ਕੌਣ ਗਲਤ ਆ। ਮੈਨੂੰ ਤਾਂ ਤੁਸੀਂ ਲੱਗ ਰਹੇ ਹੋ ਫਿਲਹਾਲ ਤਾਂ, ਕਿਉਂਕਿ ਤੁਸੀਂ ਹੁਣ ਕਦੇ ਅਫੇਅਰ ਦੀ ਗੱਲ ਕਰ ਰਹੇ ਹੋ। ਤੁਸੀਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਫਿਲਮ ਦੇ ਵਿੱਚ ਤੁਸੀਂ ਭੱਜ ਨੱਠ ਕਰ ਰਹੇ ਹੋ, ਕਦੇ ਹਾਂ ਕਰ ਰਹੇ ਹੋ ਵਿਆਹ ਦੇ ਲਈ, ਕਦੇ ਨਾ ਕਰ ਰਹੇ ਹੋ, ਮਤਲਬ ਇਹ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ ਤੇ ਆ? ਯਾਰ ਹੁਣ ਦੇਖੋ, ਇਹ ਤਾਂ ਹੁਣ ਸਾਰਾ ਕੁਝ ਤੁਹਾਨੂੰ ਅੱਜ ਨਹੀਂ ਦੱਸ ਸਕਦੇ ਨਾ, 10 ਦਿਨ ਵੀ ਨਹੀਂ ਰਹਿ ਗਏ ਹੁਣ ਤਾਂ। ਪਰ ਵਧੀਆ, ਸਾਨੂੰ ਪਤਾ ਵਧੀਆ ਕੀ ਲੱਗਦਾ ਕਿ ਤੁਸੀਂ ਆਹ ਕੁਐਸਚਨਸ ਪੁੱਛਦੇ ਆ, ਬਹੁਤ ਵਧੀਆ ਲੱਗਦੇ ਆ। ਤਾਂ ਹੀ ਤੁਸੀਂ ਰੋਮੀਓ ਬਣੇ ਹੋ ਪੋਸਟਰ ਦੇ ਵਿੱਚ ਦਿਖ ਰਿਹਾ। ਤੁਸੀਂ ਇੰਸਟਾਗ੍ਰਾਮ ਤੇ ਮੈਮ ਨੂੰ ਸ਼ਰਿਆਮ ਪ੍ਰਪੋਜ਼ ਕੀਤਾ ਸੀਗਾ, ਤੁਸੀਂ ਸਟੋਰੀ ਪਾਈ ਸੀਗੀ, ਤੁਹਾਨੂੰ ਇੱਕ ਵਾਰ ਫਿਕਰ ਨਹੀਂ ਹੋਇਆ ਕਿ ਕੁੜੀਆਂ ਦਾ ਜਿਹੜੇ ਫੀਮੇਲ ਫਾਲੋਇੰਗ ਹੈਗੀ ਆ ਉਹਨਾਂ ਦਾ ਕੀ ਹਾਲ ਹੋਏਗਾ ਜਾਂ ਉਹਨਾਂ ਦੇ ਮਨ 'ਚ ਕੀ ਆਇਆ ਹੋਏਗਾ? ਨਹੀਂ, ਉਹ ਸਮਝ ਜਾਣਗੀਆਂ ਕਿ ਜਿਹਨੂੰ ਸਾਡਾ ਪਿਆਰ, ਕਿਹਨੂੰ ਪਿਆਰ ਕਰਦਾ, ਕੋਈ ਗੱਲ ਨਹੀਂ। ਆਹੀ ਲੱਛਣਾ ਕਰਕੇ ਮੈਨੂੰ ਲੱਗਦਾ ਤੁਹਾਨੂੰ ਨਾ ਕਰ ਰਹੇ ਨੇ ਉਹ। ਤੁਸੀਂ ਜਦੋਂ ਇਹ ਪੋਸਟ ਦੇਖੀ ਤੁਹਾਡਾ ਕੀ ਰਿਐਕਸ਼ਨ ਸੀਗਾ? ਵੈਲ, ਲੱਕੀਲੀ ਮੈਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ, ਥੈਂਕਫੁਲੀ, ਕਿ ਇੱਦਾਂ ਦੀ ਪੋਸਟ ਆਊਗੀ, ਅਤੇ ਜੇ ਨਾ, ਐਕਚੁਅਲੀ ਤੁਹਾਨੂੰ ਨਹੀਂ ਦੱਸਣਾ ਚਾਹੀਦਾ ਸੀ, ਦੈਨ ਮੇ ਬੀ ਹੈ ਨਾ ਪਤਾ ਲੱਗਦਾ। ਹਾਂ, ਜੇ ਤੁਹਾਨੂੰ ਨਾ ਪਤਾ ਲੱਗਦਾ ਤਾਂ ਫਿਰ ਕੀ ਰਿਐਕਸ਼ਨ ਦਿੰਦੇ ਤੁਸੀਂ? ਜਵਾਬ ਤਾਂ ਫਿਰ ਵੀ ਪਤਾ ਹੀ ਆ, ਨਾ ਹੀ ਕਰਨਾ ਉਹਨਾਂ ਨੇ, ਹਾਂ ਨਹੀਂ ਕਰਨਾ, ਚਿੰਤਾ ਨਾ ਕਰੋ ਤੁਸੀਂ। ਤੁਸੀਂ ਮੈਨੂੰ ਜ਼ਿਆਦਾ ਚਿੰਤਾ ਕਰਦੇ ਦੇਖ ਰਹੇ ਹੋ, ਐਦਾਂ ਕਿਉਂ? ਕੀ ਕਰਨਾ, ਮੈਨੂੰ ਤਾਂ ਮੇਰੇ ਨਾਲ ਤਾਂ ਫੋਟੋ ਵੀ ਨਹੀਂ ਕਰਵਾਈ ਸੀ ਇਹਨਾਂ ਨੇ। ਓ ਗੋਡ, ਮੈਨੂੰ ਪਲੀਜ਼, ਮੈਂ ਤੁਹਾਨੂੰ ਸਾਰੀ, ਮੇਰੇ ਕੋਲ ਫੋਟੋ ਬਣਾਉਣ ਰੱਖਿਆ ਕਰਨੀ ਆ, ਫੁੱਫੜ ਜੀ ਤੇ ਤੁਸੀਂ ਕਰਾ ਕੇ ਨਹੀਂ ਗਏ ਫੋਟੋ? ਯਾਦ ਆ ਗਿਆ ਤੁਹਾਨੂੰ? ਠੀਕ ਹੈ ਜੀ। ਓਕੇ, ਤੁਸੀਂ ਫਿਲਮ ਦੇ ਵਿੱਚ ਬਾਹਰਲੇ ਮੁੰਡੇ ਦੀ ਮਤਲਬ ਕਿ ਗੱਲ ਕਰ ਰਹੇ ਹੋ, ਉਹ ਸਲੈਂਗ ਅਡੈਪਟ ਕਰਨ ਲਈ ਤੁਹਾਨੂੰ ਕੀ ਕੁਝ ਵੱਖਰਾ ਕਰਨਾ ਪਿਆ? ਉਹਦੇ ਲਈ ਮੈਂ ਆਪਣੀ ਸੀ ਕੁਛ ਕਰ ਸਕਦਾ, ਸੋ ਮੈਂ ਜਿਵੇਂ ਇੱਕ ਸਮੀਰ ਪੰਨੂ ਵੀਰਾ, ਉਹ ਵੀ ਸਾਡੀ ਇੰਡਸਟਰੀ ਦਾ, ਔਰ ਉਹ ਕੈਨੇਡਾ ਬੋਰਨ ਆ, ਹੁਣ ਉਹਦੀ ਇੱਕ ਫਿਲਮ ਆ ਰਹੀ ਹੈ ਐਜ਼ ਅ ਡਾਇਰੈਕਟਰ, ਰੁਪਿੰਦਰ ਭਾਅ ਜੀ, ਉਹਨਾਂ ਨੇ ਸਪੈਸ਼ਲੀ ਇੱਕ ਡਿਕਸ਼ਨ ਦੀ ਐਪ ਡਾਊਨਲੋਡ ਕੀਤੀ ਕਿ ਇੰਗਲਿਸ਼ 'ਚ ਕਿੱਦਾਂ ਬੋਲਦੇ ਆ, ਔਰ ਅਸੀਂ ਹਰ ਇੱਕ ਸ਼ਬਦ 'ਤੇ ਬਹੁਤ, ਮਤਲਬ ਇਹਦੀ ਡਬਿੰਗ 'ਤੇ ਬਹੁਤ ਮਿਹਨਤ ਹੋਈ ਹੈ ਇਸ ਫਿਲਮ ਦੀ ਡਬਿੰਗ 'ਤੇ, ਕਿ ਓਬਵੀਅਸਲੀ ਸ਼ੂਟ 'ਚ ਤਾਂ ਹੋਈ ਪਰ ਕਿ ਕੁਛ ਵੀ ਗਲਤ ਸਾਊਂਡ ਨਾ ਕਰੇ। ਅਸੀਂ ਗਲਤੀ ਕੀਤੀ ਹੋਏਗੀ ਪਰ ਅਸੀਂ ਬਹੁਤ ਗਲਤੀਆਂ ਕਵਰ ਅਪ ਜ਼ਰੂਰ ਕੀਤੀਆਂ। ਅਤੇ ਤੀਜਾ, ਮੇਰੇ ਕਜ਼ਨਸ ਬਾਹਰ ਜਿਹੜੇ, ਮਤਲਬ ਸਰੀ ਸਾਡੀ ਫੈਮਿਲੀ ਰਹਿੰਦੀ ਆ, ਅਤੇ ਮੈਂ ਉਹਨਾਂ ਨੂੰ ਵੀ ਪੁੱਛਦਾ ਸੀ
कि जिहड़े जिहड़े जिथे जिथे शब्दां ते मैं फसदा सी तां मैं उन्हां नूं पुछदा सी कि तुसीं किद्दां बोलोंगे तां कि ओह सारा कुछ नैचुरल लगे बहुत। इक अद्धा डायलॉग हो जावे फिर ਉਹ ਤਾਂ ਉਹੀ ਡਾਇਲੋਗ ਆ ਕਿ ਮੈਂ ਇੱਕ ਇੰਡੀਅਨ ਫਿਲਮ ਦੇਖੀ ਆ ਕਿ ਜਿਹਦੇ 'ਚ ਮੁੰਡਾ ਕੁੜੀ ਦੇ ਵਿਆਹ 'ਚ ਆ ਕੇ ਕੁੜੀ ਦੇ ਘਰਦਿਆਂ ਨੂੰ ਪਟਾ ਲੈਂਦਾ ਅਤੇ ਐਂਡ 'ਚ ਕੁੜੀ ਦਾ ਡੈਡ ਹੀ ਕੁੜੀ ਦਾ ਹੱਥ ਛੱਡ ਦਿੰਦਾ ਵੀ ਟ੍ਰੇਨ ਨਹੀਂ ਰੁਕਣਾ ਤੂੰ ਭੱਜ ਕੇ ਚੜਦਾ। ਵੇ ਤੂੰ ਫੀਮ ਤਾਂ ਨਹੀਂ ਲੱਗਦਾ ਕਿਹੜਾ ਸਟੇਸ਼ਨ ਫੜ ਲਿਆ ਦੇਣੇ। ਬਹੁਤ ਵਧੀਆ ਲੱਗਦਾ ਤੁਹਾਡੇ, ਵੈਸੇ ਵੀ ਕੈਮਿਸਟਰੀ ਦੋਨਾਂ ਦੀ ਬਹੁਤ ਵਧੀਆ ਲੱਗਦੀ। ਗੁੱਡੀਆਂ ਨਾਲ ਪਟੋਲੇ ਪਰਪਲ ਕਲਰ ਦਾ ਸੂਟ ਐਂਡ ਕੁੜਤਾ ਪਜਾਮਾ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਸੀ ਤੁਸੀਂ, ਬਹੁਤ ਜ਼ਿਆਦਾ ਕਮਾਲ ਲੱਗ ਰਹੇ ਸੀ। ਇਹ ਤਾਂ ਮੰਨਿਆ ਜਾ ਸਕਦਾ ਕਿ ਸੋਨਮ ਜੀ ਤਾਂ ਕਹਿੰਦੇ ਹੀ ਹੋਣੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਬਹੁਤ ਮੁੰਡੇ ਪ੍ਰਪੋਜ਼ ਕਰਦੇ ਹੋਣੇ, ਬਟ ਤੁਹਾਡੇ ਨਾਲ ਰੀਅਲ ਲਾਈਫ ਦੇ ਵਿੱਚ ਇੱਦਾਂ ਦਾ ਕੁਝ ਹੋਇਆ ਕਿ ਜਦੋਂ ਤੁਸੀਂ ਕਿਹਾ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ? ਤੁਹਾਨੂੰ ਔਨ ਕੈਮਰਾ ਸੀ ਕਿਵੇਂ ਦੱਸਾਂਗੇ? ਦੱਸਣਾ ਬਣਦਾ ਜਦ ਤੁਸੀਂ ਪੋਸਟ ਪਾ ਸਕਦੇ ਹੋ ਸੋਸ਼ਲ ਮੀਡੀਆ ਤੇ, ਹੁਣ ਦੱਸਣਾ ਤਾਂ ਪੈਣਾ ਹੀ ਆ। ਫਿਲਮ ਦੀ ਨਹੀਂ ਦੇਖੋ ਤੁਸੀਂ, ਪੱਕਾ ਕਿਸੇ ਨੂੰ ਤਾਂ ਕਿਹਾ ਹੋਣਾ, ਹੁਣ ਤਾਂ ਸ਼ੇਅਰ ਕਰਨਾ ਹੀ ਪੈਣਾ। ਨਹੀਂ ਮੈਂ ਕਿਸੇ ਨੂੰ ਨਹੀਂ ਕਿਹਾ ਜੀ, ਮਤਲਬ ਸਾਰਾ ਮੈਂ ਜਦੋਂ ਕਿਹਾ ਨਾ ਉਦੋਂ ਉਹਨੂੰ ਹੀ ਕਹੂੰਗਾ ਜਿਹਨੇ ਨਾ ਨਹੀਂ ਕਰਨੀ। ਮੈਨੂੰ ਲੱਗਦਾ ਕਿਤੇ ਤੁਸੀਂ ਵਿਆਹ ਦੀ ਤਿਆਰੀ ਤਾਂ ਨਹੀਂ ਕਰੀ ਬੈਠੇ ਵੀ, ਹੁਣ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਵਿਆਹ ਹੋਈ ਜਾ ਰਿਹਾ, ਤੁਸੀਂ ਵਿਆਹ ਕਰਨ ਦੀ ਤਿਆਰੀ? ਵਧੀਆ ਲੱਗਦਾ ਮੈਨੂੰ, ਮੈਨੂੰ ਲੱਗਦਾ ਵਧੀਆ ਯਾਰ, ਸਾਰੇ ਹੁਣ ਪਿੱਛੇ ਜੇ ਜਾਰਡਨ ਵੀਰੇ ਨੇ ਕਰਾਇਆ, ਅਫਸਾਨਾ ਦਾ ਵਿਆਹ ਹੋਇਆ ਕੱਲ ਪਰਸੋਂ, ਕਿੰਨੇ ਵਿਆਹ ਹੋਏ ਨਾ ਇਸ ਸਾਲ, ਵਧੀਆ ਲੱਗਦਾ। ਠੀਕ ਹੈ, ਮਤਲਬ ਭੰਗੜਾ ਪਾਉਣ ਲਈ ਅਸੀਂ ਸਾਰੇ ਤਿਆਰ ਰਹੀਏ। ਹਾਂ ਬਿਲਕੁਲ ਤਿਆਰ ਰਹੋ। ਜੇ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਕਿਸੇ ਨਾਲ ਵਿਆਹ ਕਰਨਾ ਹੋਵੇ ਕਿਹਦੇ ਨਾਲ ਕਰੋਗੇ? ਪੰਜਾਬੀ ਇੰਡਸਟਰੀ 'ਚ ਵਿਆਹ ਕਰਨਾ ਹੋਵੇ ਯਾਰ ਕਿਹਦੇ ਨਾਲ ਕਰੀਏ, ਮੈਨੂੰ ਪਤਾ ਨਹੀਂ। ਹੁਣ ਸੋਨਮ ਨੇ ਮਨਾ ਕਰ ਦਿੱਤਾ, ਛੋਰੇ ਇਤਨੀ ਛੋਰੀਆਂ ਤੇਰਾ ਪਾਛਾ ਇੱਬੇ ਵੀ ਨਹੀਂ ਮੇਰਾ ਤਨ ਹੈ ਤੇ ਸਰਗੁਣ ਮੈਰਿਡ ਆ ਨੀਰੂ, ਤਾਂ ਨੀਰੂ ਮੈਮ ਦੇ ਤਾਂ ਹੁਣ ਚਲੋ ਬੱਚੇ ਵੀ ਨੇ ਤੇ ਤਾਨੀਆਂ ਰਹਿ ਗਈ ਹਨਾ, ਤਾਨੀਆਂ ਨਾਲ ਕਰਾ ਸਕਦੇ ਟੌਮ ਬਾਏ ਯਾ, ਤਾਨੀਆਂ ਨਾਲ ਕਰਦੇ ਹਾਂ ਟਰਾਈ ਕਿ ਚਲੋ ਤਾਨੀਆਂ ਮੰਨ ਜੇ। ਜੇ ਤੁਸੀਂ ਕਰਨਾ ਹੋਵੇ ਪੰਜਾਬੀ ਇੰਡਸਟਰੀ ਦੇ ਵਿੱਚ ਕਿਸੇ ਨਾਲ ਵਿਆਹ, ਕਿਸੇ ਨਾਲ ਨਹੀਂ? ਕੀ ਗੱਲ, ਕੋਈ ਚੱਜ ਦਾ ਨਹੀਂ ਇੱਥੇ? ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਆ, ਬਟ ਮੋਸਟ ਆਫ ਦੈਮ ਆਰ ਮੈਰਿਡ ਔਰ ਯਾ ਮੋਸਟ ਆਫ ਦੈਮ ਆਰ ਨਾਟ ਮਾਈ ਟਾਈਪ। ਨਹੀਂ ਤਾਂ ਮੈਂ ਨਹੀਂ ਕਿਹਾ, ਮੈਨੂੰ ਲੱਗਦਾ ਇੰਸਟਾਗ੍ਰਾਮ 'ਤੇ ਅੱਜ ਤੱਕ ਸਭ ਤੋਂ ਜ਼ਿਆਦਾ ਮਤਲਬ ਕਿ ਫਨੀ ਜਾਂ ਅੱਜ ਤੱਕ ਮਾਇੰਡ ਦੇ ਵਿੱਚ ਹੋਵੇ ਐਸਾ ਕੋਈ ਕਮੈਂਟ ਤੁਹਾਡੇ ਲਾਈਫ ਦਾ? ਅੱਜ ਹੀ ਹੋਇਆ, ਮੈਂ ਹੁਣੇ ਹੱਸ ਰਿਹਾ ਸੀ। ਸਾਡੇ ਨਾ ਅਸੀਂ ਹੁਣ ਇੱਕ ਰੀਲ ਪਾਈ ਆ ਅਤੇ ਉਹਦੇ 'ਤੇ ਅਸੀਂ ਕਿਹਾ ਕਿ ਤੁਸੀਂ ਟ੍ਰੇਲਰ ਦੇਖੋ ਅਤੇ ਕਿਸੇ ਨੇ ਲਿਖਿਆ ਵੀ ਟ੍ਰੇਲਰ ਨੂੰ ਕਰੋ ਦਫਾ, ਤੁਸੀਂ ਸੱਚੀ ਵਿਆਹ ਕਰਾ ਲਓ। ਵਾਕਈ 'ਚ ਤੁਹਾਡੀ ਦੋਨਾਂ ਦੀ ਕੈਮਿਸਟਰੀ ਸੱਚੀ ਉਹ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ। ਆਹ ਲਿਖਣਾ ਮੈਂ ਟ੍ਰੇਲਰ ਨੂੰ ਦਫਾ ਕਰੋ। ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਐਸਾ ਕਮੈਂਟ ਜੋ ਤੁਹਾਨੂੰ ਅੱਜ ਤੱਕ ਰਿਮੈਂਬਰ ਹੋਵੇ? ਹਾਂ ਕਮੈਂਟ ਤਾਂ ਇੱਦਾਂ ਦੇ ਬਹੁਤ ਹੁੰਦੇ ਆ, ਛੱਡੋ ਇੱਕ ਹੀ ਮੇਰੇ ਦਿਮਾਗ 'ਚ ਕਮੈਂਟ ਚੱਲਦਾ ਆ, ਬਟ ਆਈ ਡੋਂਟ ਨੋ ਇਫ ਦਿਸ ਇਜ਼ ਦ ਰਾਈਟ ਪਲੇਸ ਟੂ ਸੇ, ਬਟ ਲੋਕ ਯਾਰ ਕੁਛ ਵੀ ਲਿਖ ਦਿੰਦੇ ਆ, ਯੂ ਨੋ ਹੈ। ਹਾਂ ਐਗਜੈਕਟਲੀ, ਲੋਕ ਲਿਖ ਦਿੰਦੇ ਆ ਆਪਣੇ ਵੱਲੋਂ, ਸ਼ਾਇਦ ਮਜ਼ਾਕ ਕਰਦੇ ਆ, ਕਦੇ ਕਦੇ ਬਹੁਤ ਫਨੀ ਔਰ ਬਹੁਤ ਇੰਟਰਸਟਿੰਗ ਵੀ ਲਿਖਦੇ ਆ। ਸੋ ਮੈਨੂੰ ਦੇਖੋ ਹੁਣ ਦੋ ਚਾਰ ਦਿਨਾਂ ਤੋਂ ਬਿਲਕੁਲ ਵੀ ਟਾਈਮ ਨਹੀਂ ਮਿਲਿਆ ਕਮੈਂਟਸ ਪੜ੍ਹਨ ਦਾ, ਓਨੈਸਟਲੀ ਮਿਲਣਾ ਚਾਹੀਦਾ ਟਾਈਮ ਤੁਹਾਨੂੰ ਇੰਸਟਾਗ੍ਰਾਮ ਤੇ। ਤੁਹਾਡੇ ਫੈਨ ਫੋਲੋਇੰਗ ਮੈਂ ਦੇਖਿਆ ਇੱਕੋ ਹੀ ਮੰਥ ਦੇ ਵਿੱਚ ਮਤਲਬ 6 ਮਿਲੀਅਨ ਤੋਂ 7.3 ਮਿਲੀਅਨ ਹੋ ਗਏ ਤੁਹਾਡੇ। ਅੱਛਾ ਮੈਨੂੰ ਨਹੀਂ ਪਤਾ ਲੱਗਾ, ਇੱਕ ਮੰਥ 'ਚ ਥੋੜੀ ਹੋਇਆ, ਇੱਕ ਮੰਥ ਦੇ ਵਿੱਚ ਹੀ ਹੋਇਆ ਮੈਂ ਤਾਂ ਦੇਖਿਆ। ਓਕੇ ਸੋ ਇਨ ਦਾ ਐਂਡ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੇ ਤੁਹਾਡੇ ਇੱਕ ਗਾਣੇ ਦੇ ਨਾਲ ਹੀ ਐਂਡਿੰਗ ਹੋਏਗੀ? ਓਕੇ ਤੁਸੀਂ ਪਹਿਲਾਂ ਅਪੀਲ ਕਰ ਦਿਓ। ਬਸ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਸਾਰੇ ਜਾਣੇ 4 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਸਾਡੀ ਫਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਜ਼ਰੂਰ ਦੇਖਿਓ ਐਂਡ ਆਪਣੇ ਰਿਵਿਊਜ਼ ਵੀ ਸਾਡੇ ਨਾਲ ਸ਼ੇਅਰ। ਸੋ ਇਨ ਦਾ ਐਂਡ ਇੱਕ ਗਾਣਾ ਹੋ ਚੁਵੇ ਤੁਹਾਡਾ, ਜੇ ਚੰਨਾ ਤੇਰਾ ਰਿਹਾ ਏ ਹੋ ਹਾਲ, ਵੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਉਹ ਤੂੰ ਤਾਂ ਅੰਬਰਾਂ ਤੋਂ ਤੋੜਨੇ ਸੀ ਤਾਰੇ ਵੇ, ਇੱਕ ਲਹਿੰਗਾ ਪਰ ਮੇਰੇ ਲਈ ਨਾ ਸਰਿਆ, ਉਂਝ ਜੱਟ ਜੱਟ ਸਾਰਾ ਦਿਨ ਕਰਦਾ ਪ੍ਰਪੋਜ਼ ਹੀ ਨਾ ਗਿਆ ਤੈਥੋਂ ਕਰਿਆ, ਯਾਰਾਂ ਨਾਲ ਮੌਜਾਂ ਫਿਰੇ ਮਾਣਦਾ ਮੇਰੇ ਬਰਥਡੇ ਦਾ ਰੱਖੇ ਨਾ ਖਿਆਲ, ਚੰਨਾ ਤੇਰਾ ਰਿਹਾ ਏ ਹੋ ਹਾਲ, ਵਿਆਹ ਨਹੀਂ ਕਰਾਉਣਾ ਤੇਰੇ ਨਾਲ।